ਤੁਹਾਡੇ ਆਪਣੇ ਚੈਨਲ ਜੋਬ ਨਿਊਜ਼ ਅੱਡਾ ਦੇ ਵਿੱਚ। ਦੋਸਤੋ ਅੱਜ ਦੀ ਵਕੈਂਸੀ ਲੈ ਕੇ ਆਏ ਜਿਹੜੀ ਅਨਾਊਂਸ ਹੋਈ ਦਫ਼ਤਰ ਲੋਕਪਾਲ ਪੰਜਾਬ ਚੰਡੀਗੜ੍ਹ ਦੇ ਵਿਖੇ, ਅਤੇ ਇੱਥੇ ਦੋਸਤੋ ਜਿਹੜੀ ਵਕੈਂਸੀ ਅਨਾਊਂਸ ਕੀਤੀ ਗਈ ਹੈ ਸਾਰੀ ਠੇਕੇ ਦੇ ਬੇਸ ਹੋਏਗੀ। ਇੱਥੇ ਸਭ ਤੋਂ ਪਹਿਲਾਂ ਦੋਸਤੋ ਇੱਥੇ ਰਜਿਸਟਰਾਰ ਦੀ ਵਕੈਂਸੀ ਅਨਾਊਂਸ ਕੀਤੀ ਗਈ ਹੈ 37,400 ਤੋਂ ਲੈ ਕੇ 67,000 ਤੁਹਾਡੀ ਪੇ ਰਹੇਗੀ, ਅਤੇ 8,900 ਰੁਪਈਆ ਰਹੇਗਾ ਤੁਹਾਡਾ ਗ੍ਰੇਡ ਪੇ। ਪੋਸਟ ਇੱਕ ਹੈ ਜੀ, ਅਤੇ ਕੋਈ ਰਿਟਾਇਰ ਜ਼ਿਲ੍ਹਾ ਅਰੇਸ਼ੇਸ਼ਨ ਜੱਜ ਇਸ ਵਾਸਤੇ ਅਪਲਾਈ ਕਰ ਸਕਦਾ ਜਾਂ ਇਸ ਦੇ ਬਰਾਬਰ ਦਾ ਬੰਦਾ ਇੱਥੇ ਅਪਲਾਈ ਕਰ ਸਕਦਾ। ਫਿਰ ਸੰਯੁਕਤ ਰਜਿਸਟਰਾਰ ਦੀ ਦੋਸਤੋ ਵਕੈਂਸੀ ਸੈਲਰੀ 15,600 ਤੋਂ ਲੈ ਕੇ 39,100 ਰੁਪਈਆ 7,800 ਰੁਪਈਆ ਰਹੇਗੀ ਜੀ ਗ੍ਰੇਡ ਪੇ। ਇੱਕ ਪੋਸਟ ਅਨਾਊਂਸ ਹੋਈ, ਇੱਥੇ ਰਿਟਾਇਰਡ ਸੰਯੁਕਤ ਰਜਿਸਟਰਾਰ ਅਪਲਾਈ ਕਰ ਸਕਦਾ ਜਾਂ ਇਸ ਦੇ ਇਕੁਅਲ ਪੋਸਟ ਵਾਲਾ ਬੰਦਾ ਅਪਲਾਈ ਕਰ ਸਕਦਾ। ਤੀਜੀ ਦੋਸਤੋ ਨਿੱਜੀ ਸਹਾਇਕ ਦੀ ਪੋਸਟ ਹੈ, 10,300 ਤੋਂ ਸੈਲਰੀ ਸਟਾਰਟ ਹੋ ਕੇ 34,800 ਰਹੇਗੀ, 4,800 ਗ੍ਰੇਡ ਪੇ ਰਹੇਗਾ। ਇੱਕ ਪੋਸਟ ਹੈ ਜੀ, ਇੱਥੇ ਕੋਈ ਸੇਵਾ ਨਿਵਰਤ ਨਿੱਜੀ ਸਹਾਇਕ ਜਾਂ ਨਿੱਜੀ ਸਹਾਇਕ ਅਸਾਮੀ ਦੇ ਇਕੁਅਲ ਕੰਮ ਕਾਰ ਕਰਨ ਵਾਲਾ ਬੰਦਾ ਅਪਲਾਈ ਕਰ ਸਕਦਾ, ਘੱਟੋ ਘੱਟ 30 ਸਾਲ ਦਾ ਐਕਸਪੀਰੀਅੰਸ ਮੰਗਿਆ ਗਿਆ। ਨੈਕਸਟ ਜਿਹੜੀ ਪੋਸਟ ਹੈ ਦੋਸਤੋ, ਟਰਾਂਸਲੇਟਰ ਦੀ ਅਨਾਊਂਸ ਹੋਈ ਹੈ, ਇੱਥੇ 10,300 ਰੁਪਈਏ ਸੈਲਰੀ ਤੋਂ ਲੈ ਕੇ 34,800 ਰੁਪਈਏ ਸੈਲਰੀ ਰਹੇਗੀ, 4,800 ਗ੍ਰੇਡ ਪੇ। ਇੱਕ ਪੋਸਟ ਅਨਾਊਂਸ ਹੋਈ ਹੈ, ਸੇਵਾ ਨਿਵਰਤ ਟਰਾਂਸਲੇਟਰ ਜਾਂ ਟਰਾਂਸਲੇਟਰ ਦੇ ਕੰਮ ਕਾਜ ਦਾ ਤਜਰਬਾ ਰੱਖਣ ਵਾਲਾ ਬੰਦਾ ਇੱਥੇ ਅਪਲਾਈ ਕਰ ਸਕਦਾ। ਨੈਕਸਟ ਰੇਡਰ ਦੀ ਦੋਸਤੋ ਪੋਸਟ ਅਨਾਊਂਸ ਹੋਈ ਹੈ, 15,600 ਰੁਪਈਏ ਤੋਂ ਸਟਾਰਟ ਹੋ ਕੇ 39,100 ਰੁਪਈਏ ਸੈਲਰੀ ਰਹੇਗੀ, 54,000 ਰੁਪਈਏ ਗ੍ਰੇਡ ਪੇ ਰਹੇਗਾ। ਇੱਕ ਹੈ ਜੀ ਪੋਸਟ, ਕੋਰਟ ਵਿੱਚ ਸੇਵਾ ਮੁਕਤ ਰੇਡਰ ਜਾਂ ਇਸ ਦੇ ਇਕੁਅਲ ਪੋਸਟ ਵਾਲੇ ਅਪਲਾਈ ਕਰ ਸਕਦੇ ਆ। ਤੁਸੀਂ ਵਾਸਤੇ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਇੱਕ ਸਧਨ ਕਾਗਜ਼ 'ਤੇ ਤੁਸੀਂ ਐਪਲੀਕੇਸ਼ਨ ਟਾਈਪ ਕਰਕੇ ਭੇਜ ਦੇਣੀ ਹੈ। ਕਲੋਜ਼ਿੰਗ ਡੇਟ ਇਹਨਾਂ ਨੇ ਦੱਸੀ ਜੀ 23-10-2019, 23-10-2019 ਤੱਕ 70 ਦਫ਼ਤਰ ਲੋਕਪਾਲ ਪੰਜਾਬ ਪਾਸ ਤੁਹਾਡੀ ਅਰਜ਼ੀ ਪਹੁੰਚ ਜਾਣੀ ਚਾਹੀਦੀ ਹੈ, ਅਤੇ ਉਸ ਤੋਂ ਬਾਅਦ ਇਹਨਾਂ ਅਸਾਮੀਆਂ ਨੂੰ ਭਰਨ ਵਾਸਤੇ 11-11-2019 ਸਵੇਰੇ 10 ਵਜੇ ਤੁਸੀਂ ਪਹੁੰਚਣਾ ਹੋਏਗਾ ਦਫ਼ਤਰ ਦਾ। ਇਹਨਾਂ ਨੇ ਐਡਰੈਸ ਲਿਖਿਆ ਹੋਇਆ, ਦਫ਼ਤਰ ਲੋਕਪਾਲ ਪੰਜਾਬ SCU ਨੰਬਰ 1 ਮੰਜ਼ਿਲ ਸੈਕਟਰ 17 ਚੰਡੀਗੜ੍ਹ ਵਿਖੇ, ਠੀਕ ਹੈ। ਅਤੇ ਦੋਸਤੋ ਇਸ ਤੋਂ ਵਧੇਰੀ ਜਾਣਕਾਰੀ ਇਹਨਾਂ ਨੇ ਇਸ਼ਤਿਹਾਰ ਵਿੱਚ ਇਸ਼ਤਿਹਾਰ ਦੇ ਵਿੱਚ ਦਿੱਤੀ, ਤੁਸੀਂ ਇਸ਼ਤਿਹਾਰ ਜਿਹੜਾ ਰੀਡ ਕਰ ਸਕਦੇ ਹੋ। ਸੋ ਦੋਸਤੋ ਇਹ ਸੀ ਅੱਜ ਦੀ ਵਕੈਂਸੀ, ਮਿਲਾਂਗੇ ਨੈਕਸਟ ਵਕੈਂਸੀ ਵਿੱਚ, ਉਦੋਂ ਤੱਕ ਦੇ ਲਈ ਰੱਬ ਰਾਖਾ।